ਚਾਹੇ ਨਵਜੋਤ ਸਿੰਘ ਸਿੱਧੂ ਨੂੰ ਲੈ ਲਓ ਚਾਹੇ ਸੁਖੀ ਰੰਧਾਵਾ ਜੀ ਨੂੰ ਲੈ ਲਓ ਚਾਹੇ ਚੰਨੀ ਜੀ ਨੂੰ ਲੈ ਲਓ ਇਹ ਸਾਰੇ ਇੱਕ ਇੱਕ ਖਵਾੜੀ ਫੜ ਕੇ ਕਾਂਗਰਸ ਨਾਂ ਦੇ ਬੋਰਡ ਨੂੰ ਕਿੰਨਾ ਵੱਡਣ ਲੱਗੇ ਹੋ ਥੱਲੋਂ ਜਣਾ ਤੋਂ ਮੈਨੂੰ ਸਮਝ ਨਹੀਂ ਆਉਂਦੀ ਇਹ ਮੈਨੂੰ ਲੱਗਦਾ ਸਹੀ ਅਰਥਾਂ ਵਿੱਚ ਰਾਹੁਲ ਗਾਂਧੀ ਜੀ ਦੇ ਚੇਲੇ ਆ ਸਾਰੇ ਸਕਾਰਥ ਹੱਸੀਆਂ ਸਾਡੀਆਂ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਆ ਪਰ ਇਹ ਕਿਉਂ ਹੋਣੀ ਹੋ ਸਕਦਾ ਵੀ ਕੋਈ ਹਿੰਦੂ ਜੈਂਟਲਮੈਨ ਕਿਉਂ ਨਹੀਂ ਬਣ ਸਕਦਾ ਮੁੱਖ ਮੰਤਰੀ ਜਿਹੜਾ ਸੂਬੇ ਦਾ ਉਹ ਇਹ ਉਹ ਹਿੰਦੂ ਆ ਉਹ ਸਿੱਖ ਆ ਉਹ ਇੱਕ ਵਿਸ਼ੇਸ਼ ਕਾਸਦਾ ਆ ਜਾਤੀ ਤੋਂ ਆਉਂਦਾ ਹੈ ਸਾਡੇ ਲਈ ਇਹ ਮੈਟਰ ਨਹੀਂ ਕਰਨੀ ਚਾਹੀਦੀ ਲੋਕਾਂ ਲਈ ਇਹਨਾਂ ਨੂੰ ਵਿਚਾਰਾਂ ਦੇ ਵੀ ਦਰਦ ਤਾਂ ਹਣੀ ਹੁਣੀ ਆ ਤੇ ਇਹ ਬਿਲਕੁਲ ਇਹ ਤਾਂ ਪਲਟੀ ਮਾਰੀ ਆ ਇਹ ਜਿਹੜਾ ਜਿਹੜਾ ਮੁੱਦਾ ਅੰਬਿਕਾ ਸੋਨੀ ਜੀ ਨੇ ਲੈ ਕੇ ਆਂਦਾ ਇਹਨੂੰ ਜਿਹ ਕਹਿੰਦੇ ਸਿਆਸੀ ਪਟਕਣੀ ਰਣੀ ਕਿਉਂਕਿ ਖੁਦ ਨਹੀਂ ਬਣ ਸਕੇ ਉਹਨਾਂ ਨੇ ਇਹਨਾਂ ਨੂੰ ਨਹੀਂ ਬਣ ਦਿੱਤਾ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਦੇ ਵਿੱਚ ਧਰਮ ਦੀ ਜਾਤੀ ਦੀ ਰੀਜਲਿਜਮ ਖੇਤਰਵਾਦੀ ਔਰ ਭਾਸ਼ਾ ਦੀ ਰਾਜਨੀਤੀ ਕੀਤੀ ਮਾਦੀ ਪਾਰਟੀ ਵੀ ਇਸਦੇ ਪੂਰੀ ਸਿਆਸਤ ਖੇਡ ਰਹੀ ਆ ਜੇ ਪਤਾ ਪੈਗ ਬੜੀ ਪਈ ਹੈ ਆਪਣਾ ਘੇਰਾ ਚਮਚਾ ਅਸੀਂ ਵਿਸੜਦਾਂ ਨੇ ਸਾਨੂੰ ਵੀ ਉਹ ਸੇਕ ਸਾਨੂੰ ਵੀ ਮਿਲੂਗਾ ਨਾ ਠੰਡ ਚ ਠੰਡ ਦਾ ਮੌਸਮ ਹੈ ਅਜਿਹਾ ਹਰ ਬੰਦਾ ਸਿੱਖਣ ਸਿੱਖਣਾ ਚਾਹੁੰਦਾ ਹੈ ਕਿਉਂਕਿ ਪਹਿਲਾਂ ਪੰਜ ਪ੍ਰਧਾਨ ਸੀ ਛੋਟੇ ਜਿਹੇ ਸੂਬੇ ਦੇ ਤੇ ਹੁਣ ਪੰਜ ਮੁੱਖ ਮੰਤਰੀ ਹੋਣਗੇ ਛੋਟੇ ਜਿਹੇ ਸੂਬੇ ਦੇ ਕਿੱਦਾਂ ਕਰਨਗੇ ਮੈਨੇਜ ਸੁਨੀਲ ਜਾਖੜ ਦੇ ਬਿਆਨ ਨੇ ਇੱਕ ਨਵਾਂ ਸਿਆਸੀ ਮੁੱਦਾ ਨਾ ਸਿਰਫ ਸਿਆਸੀ ਪਾਰਟੀਆਂ ਨੂੰ ਸਗੋਂ ਲੋਕਾਂ ਨੂੰ ਵੀ ਦੇ ਦਿੱਤਾ ਹੈ ਤਹ ਖਬਰਸਾਰ ਹਤੀ ਐਚਐਸਐਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਿਆਸੀ ਵਿਸ਼ਲੇਸ਼ਕ ਸੁਖਵਿੰਦਰ ਸਿੰਘ ਦੁਆਬਿਆ ਜੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਦੁਆਬਿਆ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਠਾਕੁਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਆ ਦੁਆਬਿਆ ਸਾਹਿਬ ਤੁਸੀਂ ਵੀ ਬਿਆਨ ਸੁਣਿਆ ਹੋਣਾ ਅਸਾਨੂੰ ਜਖੜ ਸਾਹਿਬ ਦਾ ਜੋ ਬਿਆਨ ਆਇਆ ਹੈ ਇਸ ਬਿਆਨ ਦਾ ਕਾਂਗਰਸ ਨੂੰ ਕੋਈ ਫਾਇਦਾ ਹੋਏਗਾ ਜਾਂ ਫਿਰ ਨੁਕਸਾਨ ਹੋਏਗਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਨੂੰ ਕਿ ਸਿਆਸੀ ਪਾਰਟੀਆਂ ਨੇ ਹੁਣ ਨਿਸ਼ਾਨੇ ਵਿੰਨਨੇ ਕਾਂਗਰਸ ਤੇ ਸ਼ੁਰੂ ਕਰ ਦਿੱਤੇ ਨੇ ਕਿ ਇਹ ਮੌਕਾ ਠੀਕ ਸੀ ਇਸ ਬਿਆਨ ਦਾ ਤੇ ਕੀ ਕੁਝ ਇਸ ਦੇ ਨਤੀਜੇ ਅੱਗੇ ਨਿਕਲ ਸਕਦੇ ਮੈਨੂੰ ਇੱਕ ਤਾਂ ਇਹ ਸਮਝ ਨਹੀਂ ਆ ਰਹੀ ਜੋ ਵੀ ਅਸੀਂ ਪਿਛਲੇ 6 ਮਹੀਨੇ ਦੀ ਘਟਨਾ ਕਰਮ ਦੇਖੀ ਹੈ ਜਿਲੇ ਚਾਹੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਲੈ ਲਓ ਚਾਹੇ ਸੁਖੀ ਰੰਧਾਵਾ ਜੀ ਨੂੰ ਲੈ ਲਓ ਚਾਹੇ ਚੰਨੀ ਜੀ ਨੂੰ ਲੈ ਲਓ ਇਹ ਸਾਰੇ ਇੱਕ ਇੱਕ ਕਖਵਾੜੀ ਫੜ ਕੇ ਕਾਂਗਰਸ ਨਾਂ ਦੇ ਬੋਰਡ ਨੂੰ ਕਿਦਾਂ ਵੱਡਣ ਲੱਗੇ ਹੋ ਥੱਲੋਂ ਜੜਾਂ ਤੋਂ ਮੈਨੂੰ ਸਮਝ ਨਹੀਂ ਆਉਂਦੀ ਇਹ ਮੈਨੂੰ ਲੱਗਦਾ ਸਹੀ ਅਰਥਾਂ ਵਿੱਚ ਰਾਹੁਲ ਗਾਂਧੀ ਜੀ ਦੇ ਚੇਲੇ ਆ ਸਾਰੇ ਜੋ ਨੈਸ਼ਨਲ ਲੈਵਲ ਤੇ ਰਾਸ਼ਟਰੀ ਲੈਵਲ ਤੇ ਰਾਹੁਲ ਗਾਂਧੀ ਜੀ ਕਾਂਗਰਸ ਦਾ ਹਾਲ ਕਰ ਰਹੇ ਆ ਇਹ ਬੰਦੇ ਚਾਰੋਂ ਪੰਜੋਂ ਬੰਦੇ ਰਲ ਕੇ ਸਟੇਟ ਵਿੱਚ ਸੂਬੇ ਵਿੱਚ ਕਰ ਰਹੇ ਆ ਇਹ ਗੱਲ ਦੇਖੋ ਜਿੰਨਾ ਜੋ ਸੁਨੀਲ ਜਾਖੜ ਜੀ ਸੀਗੇ ਸੀਨੀਅਰ ਲੀਡਰ ਹੈ ਸਟੇਟਸਮੈਨ ਹੈ ਮੈਂ ਉਹਨਾਂ ਦੇ ਬਿਆਨ ਸੁਨੇ ਬੜੇ ਬੜੀ ਇੱਕ ਦੋ ਵਾਰੀ ਗੱਲ ਕਰਨ ਦਾ ਵੀ ਮੌਕਾ ਮਿਲਿਆ ਬਹੁਤ ਅੱਛੇ ਸੂਝਵਾਨ ਨੇਤਾ ਹੈ ਸੂਬੇ ਦੇ ਸਾਨੂੰ ਬੜੀ ਖੁਸ਼ੀ ਆ ਇਕ ਬਹੁਤ ਹੀ ਸਿਆਸੀ ਪਰਿਵਾਰ ਜਿਹੜਾ ਹੈ ਸੀਨੀਅਰ ਸਿਆਸੀ ਪਰਿਵਾਰ ਆ ਉਹਨਾਂ ਸਬੰਧਤ ਹੈ ਇਹਨਾਂ ਦੇ ਪਿਤਾ ਜੀ ਮਰਹੂਮ ਸ਼੍ਰੀ ਬਲਾਮ ਜਖੜ ਜੀ ਉਹ ਮਤਲਬ ਦੇਸ਼ ਦੇ ਲੀਡਰ ਸੀਗੇ ਕਿਸਾਨਾਂ ਦੇ ਲੀਡਰ ਸੀਗੇ ਆਪਣੀ ਸਾਡੀ ਲੋਕ ਸਭਾ ਦੇ ਸਪੀਕਰ ਰਹੇ ਆ ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ ਆ ਮੈਨੂੰ ਯਾਦ ਆ ਮੈਂ ਆਪਣੇ ਖੇਤੀਬਾੜੀ ਯੂਨੀਵਰਸਿਟੀ ਚ ਮੈਂ ਸਟੂਡੈਂਟ ਯੂਨੀਅਨ ਦਾ ਲੀਡਰ ਸੀ ਜਦੋਂ ਇਹ ਖੇਤੀਬਾੜੀ ਮੰਤਰੀ ਹੁੰਦੇ ਸੀ ਇਹ 1992 ਚ ਸਾਡੇ ਪੀਏਯੂ ਲੁਧਿਆਣਾ ਆਏ ਸੀ ਤੇ ਸਟੂਡੈਂਟ ਡੈਲੀਗੇਸ਼ਨ ਅਸੀਂ ਲਾਗੇ ਇਹਨਾਂ ਨੂੰ ਮਿਲੇ ਸੀ ਜਿਹੜੀ ਜਿਹੜੀ ਮੰਗਾ ਇਹਨਾਂ ਨਾਲ ਅਸੀਂ ਡਿਸਕਸ ਕੀਤੀਆਂ ਉਦ ਉਦੋਂ ਤੁਹਾਨੂੰ ਯਾਦ ਹੋਵੇਗਾ ਨਰਸਮਹਰਾਓ ਜੀ ਦੀ ਗਵਰਨਮੈਂਟ ਵੇਲੇ ਤੇ ਡਬਲਯੂਟੀਯੂ ਦੇ ਵਿੱਚ ਹਿੰਦੁਸਤਾਨ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਇਹ ਬੜਾ ਬੰਦਾ ਗਰਮਿਆ ਹੋਇਆ ਸੀਗਾ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਖਿੱਚ ਰਹੀਆਂ ਸੀ ਵੀ ਤੁਸੀਂ ਕਿਉਂ ਜਾ ਰਹੇ ਹੋ ਤੇ ਅਸੀਂ ਮੈਂ ਐਜ਼ ਅ ਸਟੂਡੈਂਟ ਲੀਡਰ ਯੰਗ ਸੀ ਮੈਂ ਇਹਨਾਂ ਨਾਲ ਗੱਲ ਕੀਤੀ ਜਾਖੜ ਜੀ ਨਾਲ ਇਹ ਕਹਿੰਦੇ ਯਾਰ ਮੈਂ ਉਹੀ ਕਰੂੰਗਾ ਜੋ ਭਾਰਤ ਦੇ ਹੱਕ ਮੇ ਹੋਗਾ ਜੋ ਭਾਰਤ ਦੇ ਕਿਸਾਨਾਂ ਦੇ ਹੱਕ ਮੇ ਨਹੀਂ ਹੋਗਾ ਮੈਂ ਨਹੀਂ ਕਰੂੰਗਾ ਤੇ ਇਟ ਵਾਸ ਵੈਰੀ ਗੁੱਡ ਸਟੇਟਮੈਂਟ ਤੇ ਆਈ ਵਾਸ ਇੰਪ੍ਰੈਸਡ ਸੋ ਓਵਰ ਐਵਰੀਬਾਡੀ ਵਾਸ ਇੰਪ੍ਰੈਸਡ ਤੇ ਜਾਖੜ ਜੀ ਇਹ ਵੀ ਤੇ ਅੱਛਾ ਪਰਿਵਾਰ ਹੈ ਤੇ ਸਾਨੂੰ ਤਾਂ ਇਹ ਵੀ ਪਤਾ ਲੱਗਾ ਸੀਗਾ ਵੀ ਇਹਨਾਂ ਦਾ ਨਾਮ ਫਾਈਨਲ ਹੋ ਚੁੱਕਾ ਸੀ ਜਿੱਦਾਂ ਇਹਨਾਂ ਨੇ ਜਾਖੜ ਜੀ ਨੇ ਸਟੇਟਮੈਂਟ ਦਿੱਤੀ ਆ ਵੀ ਮੇਰੇ ਕੋਲ 46 ਐਮਐਲਏ ਸੀਗੇ 42 42 ਤੇ 42 ਐਮਐਲਏ ਨੇ ਮੇਰੇ ਨਾਮ ਤੇ ਸਹਿਮਤੀ ਜਰਾਈ ਸੀਗੀ ਤੇ ਬਣ ਚੁੱਕੇ ਸੀ ਆਲਮੋਸਟ ਇਹਨਾਂ ਦਾ ਨਾਮ ਹੋ ਗਿਆ ਸੀਗਾ ਵੀ ਇਹਨਾਂ ਨੂੰ ਬਣਾਉਣਾ ਤੇ ਅੰਬਿਕਾ ਸੋਨੀ ਜੀ ਨੂੰ ਲੱਗਾ ਵੀ ਮੇਰੇ ਮੈਂ ਤਾਂ ਬਣ ਨਹੀਂ ਸਕੀ ਕਿਉਂਕਿ ਮੈਂ ਹਿੰਦੂ ਲੇਡੀ ਆ ਤੇ ਮੈਂ ਪੰਜਾਬ ਇੱਕ ਮੈਂ ਪੰਜਾਬ ਦੀ ਨਹੀਂ ਮੁੱਖ ਮੰਤਰੀ ਬਣ ਸਕਦੀ ਮੈਂ ਸਾਰੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਬੜੇ ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਬਹੁਤ ਗਲਤ ਹੈ ਇਹ ਇਹ ਕਹਿਣਾ ਵੀ ਮੈਂ ਹਿੰਦੂ ਹੋਣ ਦੇ ਨਾਤੇ ਮੈਂ ਪੰਜਾਬ ਦਾ ਸੀਐਮ ਨਹੀਂ ਬਣ ਸਕਦਾ ਕੀ ਤੁਹਾਨੂੰ ਲੱਗਦਾ ਵੀ ਝਾਰਖੰਡ ਵਰਗਾ ਦੇ ਸੂਬਾ ਜਿਹੜਾ ਇੱਕ ਟ੍ਰਾਈਬਲ ਸੂਬਾ ਹੈ ਜਿੱਥੇ ਸਿਰਫ ਟ੍ਰਾਈਬਲਸ ਦੀ ਹੀ ਧਰਤੀ ਹੈ ਉਹਨਾਂ ਦੀ ਉਹ ਸੈਂਸ ਆਫ ਸਾਇੰਸ ਆਫ ਸੋਇਲ ਹੈ ਟ੍ਰਾਈਬਲ ਜਿਹੜੇ ਝਾਰਖੰਡ ਦੇ ਉਸ ਸੂਬੇ ਦੇ ਮੁੱਖ ਮੰਤਰੀ ਕਿਸੇ ਨੂੰ ਕੋਈ ਕਹਿ ਸਕਦਾ ਹੈ ਇੰਦਰ ਸਰਦਾਰ ਇੰਦਰ ਸਿੰਘ ਨਾਮਤਾਰੀ ਬਣ ਗਏ ਸੀ ਆਲਮੋਸਟ ਉਹਨੇ ਉਹ ਚੁੱਕਣੀ ਸੀ ਉਹਨਾਂ ਨੇ ਤੇ ਚੁੱਕਦੇ ਚੁੱਕਦੇ ਰਹਿ ਗਏ ਸੀ ਉਹ ਉਹ ਸਿੱਖ ਪਰਿਵਾਰ ਨੂੰ ਸਬੰਧਤ ਰੱਖਦੇ ਲੁਧਿਆਣਾ ਜ਼ਿਲ੍ਹੇ ਨੂੰ ਸਬੰਧਤ ਰੱਖਦੇ ਆ ਟਰਾਂਸਪੋਰਟ ਦਾ ਬਿਜ਼ਨਸ ਸੀ ਇਸ ਕਰਕੇ ਟਾਟਾ ਨਗਰੀ ਝਾਰਖੰਡ ਸ਼ਿਫਟ ਹੋਏ ਉੱਥੇ ਰਾਜਨੀਤੀ ਚ ਰੱਜ ਕੇ ਰਾਜਨੀਤੀ ਕੀਤੀ ਲੋਕਾਂ ਨੇ ਪਿਆਰ ਦਿੱਤਾ ਉਹਨਾਂ ਨੂੰ ਕਿਸੇ ਨੇ ਇਹ ਨਹੀਂ ਪੁੱਛਿਆ ਤੁਸੀਂ ਬਾਹਰੋਂ ਆਏ ਆ ਕਿਸੇ ਨੇ ਇਹ ਨਹੀਂ ਪੁੱਛਿਆ ਤੁਸੀਂ ਸਿੱਖ ਆ ਐਮਪੀ ਬਣੇ ਆਜ਼ਾਦ ਐਮਪੀ ਬਣੇ ਹਰੰਨੀ ਵਾਲੀ ਗੱਲ ਹੈ ਆਜ਼ਾਦ ਐਮਪੀ ਬਣੇ ਐਮਐਲਏ ਬਣੇ ਕਿੰਨੀਆਂ ਪਾਰਟੀਆਂ ਚ ਰਹਿ ਰਾਸ਼ਟਰੀ ਲੋਕਦਲ ਚ ਰਹਿ ਜਨਤਾ ਦਲ ਚ ਰਹਿ ਜਨਤਾ ਪਾਰਟੀ ਚ ਰਹਿ ਜਨਤਾ ਦਲ ਚ ਰਹਿ ਕਾਂਗਰਸ ਚ ਰਹਿ ਸਾਰੀਆਂ ਪਾਰਟੀਆਂ ਚ ਰਹਿ ਸਭ ਨੇ ਪਿਆਰ ਦਿੱਤਾ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਬਾਹਰੋਂ ਆਏ ਆ ਜਾਂ ਤੁਸੀਂ ਕਿਸ ਧਰਮ ਨੂੰ ਸੰਬੰਧ ਰੱਖਦੇ ਆ ਤੇ ਪੰਜਾਬ ਚ ਹਰ ਵਾਰੀ ਇਹ ਕਿਉਂ ਮੁੱਦਾ ਸਾਡੇ ਸਾਹਮਣੇ ਆਉਂਦਾ ਪੰਡਤ ਆਪਣੇ ਗੋਪੀਨਧ ਭਾਗੋਜੀ ਤੋਂ ਬਾਅਦ ਕੋਈ ਬੰਦਾ ਜਿਹਾ ਸਰਦਾਰ ਪ੍ਰਤਾਪ ਸਿੰਘ ਕਹਰੂ ਹੈ ਬਹੁਤ ਅੱਛੇ ਮੁੱਖ ਮੰਤਰੀ ਆਸੀਂ ਬੜੀ ਰਿਸਪੈਕਟ ਕਰਦੇ ਆ ਉਹਨਾਂ ਦੀ ਤੇ ਗਿਆਨੀ ਗੁਰਮukh ਸਿੰਘ ਮੁਸਾਫਰ ਹੈ ਮੁੱਖ ਮੰਤਰੀ ਰਹਿ ਆ ਲక్ష్ਮਨ ਸਿੰਘ ਜਸਟਿਸ ਲక్ష్ਮਮਨ ਸਿੰਘ ਗੱਲ ਮੁੱਖ ਮੰਤਰੀ ਰਹਿ ਆ ਮਾਨਜੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਪੰਜ ਵਾਰੀ ਮੁੱਖ ਮੰਤਰੀ ਰਹੇ ਗਿਆਨੀ ਜਲ ਸਿੰਘ ਜੀ ਮੁੱਖ ਮੰਤਰੀ ਰਹੇ ਆ ਬੜੇ ਮੁੱਖ ਮੰਤਰੀ ਲੈਣੇ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਜੀ ਰਹੇ ਔਰਤਾਂ ਵੀ ਰਹੀਆਂ ਪਹਿਲੇ ਮੁੱਖ ਮੰਤਰੀ ਸੀਗੇ ਉਹ ਸਰਦਾਰ ਬਿਆਨ ਸਿੰਘ ਰਹੇ ਆ ਬਰਾੜ ਸਾਹਿਬ ਰਹੇ ਆ ਤੇ ਕੈਪਟਨ ਸਾਹਿਬ ਦੋ ਵਾਰ ਹੀ ਰਹੇ ਸਾਰੇ ਰਹੇ ਚੰਨੀ ਜੀ ਮੁੱਖ ਮੰਤਰੀ ਸਾਰੇ ਸਤਿਕਾਰਯੋਗ ਆ ਸਾਡੇ ਸਤਿਕਾਰਯੋਗ ਹਸ ਸਤਿਕਾਰ ਹੱਸੀਆਂ ਸਾਡੀਆਂ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਆ ਪਰ ਇਹ ਕਿਉਂ ਹੋਣੀ ਹੋ ਸਕਦਾ ਵੀ ਕੋਈ ਹਿੰਦੂ ਜੈਂਟਲਮੈਨ ਕਿਉਂ ਨਹੀਂ ਬਣ ਸਕਦਾ ਮੁੱਖ ਮੰਤਰੀ ਜਿਹੜਾ ਸੂਬੇ ਦਾ ਉਹ ਇਹ ਉਹ Hindu ਆ ਉਹ Sikh ਆ ਉਹ ਇੱਕ ਵਿਸ਼ੇਸ਼ ਕਾਸਦਾ ਆ ਜਾਤੀ ਤੋਂ ਆਉਂਦਾ ਹੈ ਸਾਡੇ ਲਈ ਇਹ ਮੈਟਰ ਨਹੀਂ ਕਰਨੀ ਚਾਹੀਦੀਆਂ ਲੋਕਾਂ ਲਈ ਬੰਦਾ ਕੈਪੇਬਲ ਕਿਹੜਾ ਆ ਕੰਪੀਟੈਂਟ ਕਿਹੜਾ ਆ ਕਿਹੜਾ ਬੰਦਾ ਸੂਬੇ ਦੇ 3 ਕਰੋੜ ਪੌਣੇ 3 ਕਰੋੜ ਲੋਕਾਂ ਦੀ ਉਹ ਵਿਕ ਬਦਲ ਸਕਦਾ ਸਾਡੇ ਬੱਚਿਆਂ ਦਾ ਭਵਿੱਖ ਬਦਲ ਸਕਦਾ ਲੇਕਿਨ ਉੱਥੇ ਤਾਂ ਇਹ ਕੁਝ ਦੇਖਿਆ ਨਹੀਂ ਨਾ ਗਿਆ ਉੱਥੇ ਤਾਂ ਇਹ ਦੇਖਿਆ ਗਿਆ ਵੀ ਹੁਣ ਵੋਟਾਂ ਵੀ ਨੇੜੇ ਆ ਰਹੀਆਂ ਨੇ ਕਿਉਂਕਿ ਆਲਮੋਸਟ ਜਿਵੇਂ ਚੰਨੀ ਸਾਹਿਬ ਵੀ ਕਹਿੰਦੇ ਨੇ ਮੈਨੂੰ ਸਿਰਫ 111 ਦਿਨ ਮਿਲਣੇ 111 ਦਿਨ ਰਹਿੰਦੇ ਨਹੀਂ ਉਸ ਤੋਂ ਬਾਅਦ ਇਲੈਕਸ਼ਨਸ ਵੀ ਨੇ ਵੀ ਸਾਨੂੰ ਵੋਟਾਂ ਦੇ ਸੰਬੰਧ ਵਿੱਚ ਕਿੱਥੋਂ ਫਾਇਦਾ ਹੋਣਾ ਹੈ ਅਮਰੀਕਾ ਜਦੋਂ ਤੋਂ ਕਾਂਗਰਸ ਨੇ ਉਦੋਂ ਉਹ ਹੀ ਚੀਜ਼ ਦੇਖੀ ਹੋਣੀ ਹੈ ਜਾਂ ਫਿਰ ਜਿਹੜੇ ਸਲਾਹਕਾਰ ਸੀ ਉਦੋਂ ਕਾਂਗਰਸ ਹਾਈ ਕਮਾਂਡ ਦੇ ਉਹਨਾਂ ਨੇ ਇਹ ਗੱਲਾਂ ਸ਼ਾਇਦ ਕਰਨਾਂ ਚ ਪਾਈਆਂ ਹੋਣ ਤਾਂ ਹੀ ਅੱਜ ਇਹ ਮਤਲਬ ਕਿ ਅਚਾਨਕ ਮੈਦਾ ਕਹਾ ਦਾ ਦਿਲ ਦਾ ਜਿਹੜਾ ਦਰਦ ਸੀ ਇੱਕ ਬਲਬਲਾ ਸੀ ਸੁਨਿਲ ਜਾਖੜ ਜੀ ਦਾ ਉਹ ਨਿਕਲੇ ਆਏ ਲੇਕਿਨ ਬੜੇ ਉਹਨਾਂ ਨੇ ਬਿਲਕੁਲ ਇੱਕ ਬੜੀ ਸਿੱਧੀ ਗੱਲ ਕਹੀ ਹੈ ਵੀ ਅੱਜ ਜਲਦੀ ਦੌੜ ਵਿੱਚ ਕੋੜੇ ਬਦਲ ਨਹੀਂ ਜਾਂਦੇ ਚੰਨੀ ਸਾਹਿਬ ਨੂੰ ਹੀ ਮੁੱਖ ਮੰਤਰੀ ਰਹਿਣ ਦੇਣਾ ਚਾਹੀਦਾ ਪਰ ਫੇਰ ਹੁਣ ਵੀ ਬੜਾ ਸੂਝਵਾਨ ਤਰੀਕੇ ਨਾਲ ਉਹਨੇ ਬਿਆਨ ਦਿੱਤਾ ਨਹੀਂ ਦੇਖੋ ਦਿਲ ਦੇ ਵਿੱਚ ਇਹਨੂੰ ਦਰਦ ਨਹੀਂ ਦਿਲ ਦੇ ਵਿੱਚ ਚੀਜ਼ ਹੋ ਸਕਦੀ ਹੈ ਇਹ ਜਿਹੜੇ ਜਿਸ ਬੰਦੇ ਜਿਹੜਾ ਬੰਦਾ ਮਤਲਬ 2 ਘੰਟੇ ਬਾਅਦ ਜਿਹਨੇ ਮੁੱਖ ਮੰਤਰੀ ਆ ਉਹਦੇ ਦੀ ਸੋਚ ਕਰਨੀ ਆ ਸੂਬੇ ਦੀ ਉਹ ਕੁਝ ਵੀ ਨਹੀਂ ਆ ਹੁਣ ਅੱਜ ਦੀ ਏਡ ਚ ਉਹ ਨਾ ਐਮ ਐਲ ਏ ਆ ਨਾ ਐਮ ਪੀ ਆ ਨਾ ਕੋ ਮਿਨਿਸਟਰ ਆ ਕੁਝ ਵੀ ਨਹੀਂ ਆ ਇਹ ਦਰਦ ਕਿਉਂ ਨਹੀਂ ਆ ਜਿਹੜੇ ਬੰਦੇ ਵੀ ਰਾਜਨੀਤੀ 'ਚ ਲੱਗੇ ਹੋਏ ਆ ਪੋਲੀਟਿਸ਼ੀਅਨ ਆ ਉਹ ਕਿਸੇ ਮਤਲਬ ਕੁਝ ਕਿਸੇ ਜਗ੍ਹਾ ਟਾਰਗੇਟ ਹੁੰਦਾ ਅਸੀਂ ਇਸ ਜਗ੍ਹਾ ਪਹੁੰਚਣਾ ਆ ਕੁਰਸੀ ਲੈਣੀ ਆ ਕੋਈ ਅਹੁਦਾ ਲੈਣਾ ਉਸੇ ਲਈ ਐ ਨੇ ਸਭ ਦੇ ਉਸੇ ਕਰਕੇ ਐ ਤੇ ਇਹਨਾਂ ਨੂੰ ਵਿਚਾਰਿਆਂ ਦੇ ਵੀ ਦਰਦ ਤਾਂ ਹੁਣੀ ਹੁਣੀ ਆ ਤੇ ਇਹ ਬਿਲਕੁਲ ਇਹ ਤਾਂ ਪਲਟੀ ਮਾਰੀ ਆ ਇਹ ਜਿਹੜਾ ਜਿਹੜਾ ਮੁੱਦਾ ਅੰਬਿਕਾ ਸੋਨੀ ਜੀ ਨੇ ਲੈ ਕੇ ਆਂਦਾ ਇਹਨੂੰ ਕਹਿੰਦੇ ਸਿਆਸੀ ਪਟਕਣੀ ਨਹੀਂ ਦੇਣੀ ਕਿਉਂਕਿ ਖੁਦ ਨਹੀਂ ਬਣ ਸਕੇ ਉਹਨਾਂ ਨੇ ਇਹਨਾਂ ਨੂੰ ਨਹੀਂ ਬਣ ਦਿੱਤਾ ਉਹਨਾਂ ਨੇ ਇੱਕ ਨਮਾ ਸ਼ਗੂਫਾ ਛੱਡ ਦਿੱਤਾ ਵੀ ਸਿੱਖ ਸਿੱਖ ਚਿਹਰਾ ਹੋਣਾ ਚਾਹੀਦਾ ਪੰਜਾਬ ਐ ਕਿਉਂਕਿ ਪੰਜਾਬ ਦਾ ਸਿੱਖ ਚਿਹਰਾ ਮੁੱਖ ਮੰਤਰੀ ਹੋਣਾ ਚਾਹੀਦਾ ਆ ਇਹ ਹੋਣਾ ਚਾਹੀਦਾ ਹੈ ਬਹੁਤ ਅੱਛੀ ਗੱਲ ਹੈ ਸਿੱਖ ਮжоਰਿਟੀ ਚਾਹੇ ਹੋਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਹੈ ਕੋਈ ਇਸ਼ੂ ਨਹੀਂ ਹੈ ਇਹ ਪਰ ਉਹ ਦੂਜਾ ਵੀ ਕਿਉਂ ਨਹੀਂ ਹੋ ਸਕਦਾ ਜੀ ਹੁਣ ਤੁਹਾਨੂੰ ਪਤਾ ਵੀ 111 ਦਿਨਾਂ ਵਾਸਤੇ ਤੁਸੀਂ ਮੁੱਖ ਮੰਤਰੀ ਬਣਾਉਣਾ ਦੂਜਾ ਕਿਉਂ ਨਹੀਂ ਹੋ ਸਕਦਾ 46 50% 40 47% ਦੂਜੇ ਬੰਦੇ ਵੀ ਤਾਂ ਹੈਗੇ ਨਾ ਉਹਨਾਂ ਨੂੰ ਵੀ ਤਾਂ ਮੌਕਾ ਮਿਲਣਾ ਹੀ ਚਾਹੀਦਾ ਜੇ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਆ ਤਾਂ ਕੋਈ ਹਿੰਦੂ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਇਹ ਤੁਸੀਂ ਬਿਲਕੁਲ ਮੇਰੇ ਮੂੰਹ ਦੀ ਗੱਲ ਖੋਈ ਹੈ ਬਹੁਤ ਅੱਛੀ ਗੱਲ ਤੁਸੀਂ ਕੀਤੀ ਆ ਇਹ ਰਾਹੁਲ ਗਾਂਧੀ ਜੀ ਨੂੰ ਅੰਬਿਕ ਪੀ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹੀਦਾ ਇਹ ਸਵਾਲ ਵੀ ਜਿਹੜੇ 2% ਅਸੀਂ ਕਹਿੰਦੇ ਸਿੱਖ ਹੈ ਪਹਿੰਦੋਸਤਾਨ ਦੇ ਵਿੱਚ ਤੇ ਉਹ ਬੰਦਾ ਜਿਹੜਾ ਅਸੀਂ ਕਹਿੰਦੇ ਭਾਰਤ ਦੀ ਤਕਦੀਰ ਬਦਲਣ ਵਾਲਾ ਬੰਦਾ ਹੈ ਅਸੀਂ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ ਅਸੀਂ ਉਹ ਬੰਦੇ ਨੂੰ 2% ਵਾਲੇ ਬੰਦੇ ਨੂੰ ਇੱਕ ਦੇਸ਼ ਦਾ 10 ਸਾਲ ਵਾਲੀ 10 ਸਾਲ ਬੜਾ ਤਾਕਤਵਰ ਪ੍ਰਾਈਮ ਮਿਨਿਸਟਰ ਬਣਾਉਨੇ ਆ ਤਾਂ ਅਸੀਂ ਕੋਈ ਪੁੱਛਦਾ ਨਹੀਂ ਆ ਉਹ ਯੋਗਤਾ ਦੇ ਆਧਾਰ ਤੇ ਆ ਮੈਰਿਟ ਦੇ ਆਧਾਰ ਤੇ ਆ ਉਹਨਾਂ ਮੈਰਿਟ ਦੇ ਆਧਾਰ ਤੇ ਉਹਨਾਂ ਦੀ ਸਿਲੈਕਸ਼ਨ ਹੋਈ ਆ ਤਾਂ ਪੰਜਾਬ ਚ ਕਿਉਂ ਨਹੀਂ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੋ ਸਕਦੀ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਦੇ ਵਿੱਚ ਧਰਮ ਦੀ ਜਾਤੀ ਦੀ ਰਿਜਲੀਜਿਜਨ ਖੇਤਰਵਾਦੀ اور ਭਾਸ਼ਾ ਦੀ ਰਾਜਨੀਤੀ ਕੀਤੀ ਆ ਇਹ ਜਿਹੜੇ ਹਿੰਦੁਸਤਾਨ ਦੇ ਵਿੱਚ ਸ਼ੁਰੂਆਤ ਹੋਈ ਹੈ ਜਿਹੜੀ ਇਹਨਾਂ ਚੀਜ਼ਾਂ ਜਿਹੜੀ ਮੈਂ ਮੈਂਸ਼ਨ ਕੀਤੀਆਂ ਇਹ ਕਾਂਗਰਸ ਜੀ ਓਰੀਜিনেਟਰ ਹੈ ਨਾ ਚੀਜ਼ਾਂ ਦੀ ਪੇ ਤੁਸੀਂ ਜੇ ਇਸ ਜਾਤੀ ਦੇ ਲੋਕ ਇਸ ਜਗ੍ਹਾ ਇਸ ਫਲਾਨੇ ਹਲਕੇ ਚ ਜ਼ਿਆਦਾ ਹੈ ਉਸ ਜਾਤੀ ਦੇ ਬੰਦੇ ਨੂੰ ਉਮੀਦਵਾਰ ਬਣਾਓ ਇਸ ਹਲਕੇ ਚ ਫਲਾਨੇ ਧਰਮ ਦੇ ਲੋਕ ਜ਼ਿਆਦਾ ਹੈ ਉਸ ਧਰਮ ਦੇ ਬੰਦੇ ਨੂੰ ਉਮੀਦਵਾਰ ਬਣਾਓ ਕਿ ਨਹੀਂ ਇਹਦਾ ਦੋਆਬੀ ਸਾਹਿਬ तकरीबन ਹਰ ਪਾਰਟੀ ਇਦਾਂ ਹੀ ਕਰਦੀ ਹੈ ਅੱਜ ਕੱਲ ਅੱਛਾ ਮੈਂ ਰਾਗਵ ਚੱਡਾ ਦਾ ਆਮਾਦੀ ਪਾਰਟੀ ਦਾ ਬਿਆਨ ਦੇਖ ਰਿਹਾ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਬੜਾ ਗਲਤ ਕੀਤਾ ਹੈ ਕਿ ਭਈ Hindu ਚੈਰੇ ਨੂੰ ਮੁੱਖ ਮੰਤਰੀ ਨਾ ਬਣਾਇਆ ਜਾਣਾ ਵੀ ਇਹ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਇਹ ਆਮਾਦੀ ਪਾਰਟੀ ਦਾ ਤਾਜ਼ਾ ਬਿਆਨ ਹੈ ਅਬੀ ਆਮ ਆਦਮੀ ਪਾਰਟੀ ਵੀ ਇਸਤੇ ਪੂਰੀ ਸਿਆਸਤ ਖੇਲ ਰਹੀ ਆ ਜਿਵੇਂ ਪਤਾ ਪੈਗ ਬੜੀ ਪਈ ਹੈ ਆਪਣਾ ਘੇਰੇ ਦਾ ਚਮਚਾ ਅਸੀਂ ਵੀ ਸੜਦਨੇ ਸਾਨੂੰ ਵੀ ਉਹਦਾ ਸੇਕ ਸਾਨੂੰ ਹੀ ਮਿਲੂਗਾ ਨਾ ਠੰਡ ਠੰਡ ਦਾ ਮੌਸਮ ਹੈ ਅਜਕਲ ਹਰ ਬੰਦਾ ਸੇਕਣ ਸੇਕਣਾ ਚਾਹੁੰਦਾ ਹੈ ਅਗ ਨੂੰ ਸਿਆਸੀ ਅਗ ਨੂੰ ਸੇਕ ਕੇ ਹਰ ਬੰਦਾ ਆਪਣੇ ਨੂੰ ਨਿੰਗਾ ਕਰਨਾ ਚਾਹੁੰਦਾ ਅੱਜ ਦੀ ਰੇਟ ਚ ਤੇ ਉਹ ਵੀ ਚਾਹੁੰਦੇ ਕਰਨਾ ਨਿੰਗਾ ਕਰਨਾ ਚਾਹੁੰਦੇ ਆ ਉਹਨਾਂ ਨੇ ਵੀ ਉਹਨਾਂ ਦੀ ਹਰਕਤਾਂ ਜਿਵੇਂ ਅਸੀਂ ਉਹ ਅਲੱਗ ਪ੍ਰੋਗਰਾਮ ਕਰਨਗੇ 1 ਘੰਟਾ ਲੱਗ ਜਾਊਗਾ ਜੋ ਉਹ ਜੋ ਉਹ ਕਰ ਰਹੇ ਆ ਉਹਨਾਂ ਨੇ ਵੀ ਉਹ ਸਿਆਸਤ ਹੀ ਕਰ ਰਹੇ ਹੋ ਉਹ ਚਾਹੁੰਦੇ ਹੁਣ ਜਿਹੜੇ 45% ਜਿਹ ਲੋਕਾਂ ਨੇ ਹੋਰ ਚੈਨਲਾਂ ਨੇ ਹੋਰ ਅਖਬਾਰਾਂ ਨੇ ਵੀ ਸਾਰਿਆਂ ਨੇ ਜਿੰਨੇ ਵੀ ਮਤਲਬ ਮੀਡੀਆ ਦੇ ਹੈਗੇ ਬੰਦੇ ਉਹਨਾਂ ਸਭ ਨੇ ਸਰਵੇ ਕੀਤੇ ਆ ਉਹਦੇ ਮੁਤਾਬਿਕ ਅਰਬਨ ਏਰੀਆ ਚ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਵੋਟ ਨਹੀਂ ਮਿਲ ਰਹੀ ਆ ਬਿਆਨ ਦੇ ਕੇ ਹੁਣ ਆ ਉੱਥੇ ਸੇਂਦ ਲਾਉਣੀ ਚਾਹੁੰਦੇ ਆ ਅਰਬਨ ਏਰੀਆ ਚ ਵੀ ਨਹੀਂ ਇਹਨਾਂ ਕੋਲ ਹੀ ਮੌਕਾ ਸੀ ਨਾ ਜਦੋਂ ਇਹਨਾਂ ਨੇ ਸੁਖਪਾਲ ਸਿੰਘ ਖੈਰਾ ਨੂੰ ਹਟਾਇਆ ਉਸ ਤੋਂ ਬਾਅਦ ਕਿਸੇ ਹਿੰਦੂ ਜਰਨ ਰਾਜਿੰਦੇ ਫਿਰ ਇਹ ਐਲੋਪੀ ਲਾ ਦਿੰਦੀ ਹੈ ਹਿੰਦੂਚੈਰਿਆਂ ਨੂੰ ਜਾਂ ਇਹਨਾਂ ਕੋਲ ਐ ਨਹੀਂ ਸੀ ਬਈ ਇਹਨਾਂ ਕੋਲ ਹਿੰਦੂਚੈਰਾ ਕੋਈ ਐਮਐਲ ਨਹੀਂ ਸੀਗਾ ਹਿੰਦੂਚੈਰੇ ਵੀ ਸੀਗੇ ਉਦੋਂ ਇਹਨਾਂ ਨੇ ਲਾਇਆ ਨਹੀਂ ਉਦੋਂ ਵੀ ਇਹਨਾਂ ਨੇ ਕੀ ਦੇਖਿਆ ਸੀਗਾ ਹਰਪਾਲ ਚਿਮਾ ਜੀ ਨੂੰ ਲਾਇਆ ਹੈ ਸਭ ਨੂੰ ਪਤਾ ਇਹਨਾਂ ਨੇ ਕਿਉਂ ਲਾਇਆ ਸੀ ਦੇਖੋ ਹਰਪਾਲ ਚਿਮਾ ਜੀ ਇੱਕ ਵਿਸ਼ੇਸ਼ ਜਾਤੀ ਤੋਂ ਆਉਂਦੇ ਆ ਇਹਨਾਂ ਨੇ ਉਹ ਜਾਤੀ ਦੀਆਂ ਜਿਹੜੇ 34-35% ਵੋਟਾਂ ਆ ਉਹਨਾਂ ਤੇ ਅੱਖ ਰੱਖ ਕੇ ਉਹਨਾਂ ਨੂੰ ਐਲੋਪੀ ਬਣਾਇਆ ਲੀਡਰ ਆਫ ਅਪੋਜੀਸ਼ਨ ਜਦਕਿ ਇਹਨਾਂ ਦੇ ਕੋਲੇ ਅਰਬਨ ਏਰੀਆ ਦੇ ਬੰਦੇ ਅਮਨ ਅਰੋੜਾ ਜਿਹਦੇ ਨਾਂ ਦੇ ਤੁਸੀਂ ਉਹਨਾਂ ਦੇ ਬਿਆਨ ਸੁਣੋ ਤੁਸੀਂ ਉਹਨਾਂ ਦੇ ਇੰਟਰਵਿਊ ਸੁਣੋ ਅਮਨ ਰੋੜਾ ਦੀਆਂ ਕੀ ਕਿਹਾ ਖਾ ਸਭ ਜ਼ਬਰਦਸਤ ਉਹਨਾਂ ਦਾ ਹੈ ਲੋਕੇਸ਼ਨ ਹੈ ਉਹਨਾਂ ਦੀ ਜ਼ਬਰਦਸਤ ਉਹਨਾਂ ਦੀ ਕਮਾਂਡ ਆਫ ਵਰਡਸ ਹੈ ਉਹਨਾਂ ਦੀ ਬੜੀ ਠੇਢ ਪੰਜਾਬੀ ਪਿੰਡੂ ਬੋਲਦੇ ਆ ਹਰ ਮੁੱਦੇ ਤੇ ਉਹ ਬੋਲ ਸਕਦੇ ਹਰ ਮੁੱਦੇ ਤੇ ਉਹਨਾਂ ਦਾ ਆਪਣਾ ਆਪਣੇ ਮਹਾਰਾ ਹਰ ਮੁੱਦੇ ਤੇ ਹਰ ਮੁੱਦੇ ਤੇ ਉਹਨਾਂ ਦਾ opinion ਹੈ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਲੀਡਰ ਆਫ ਆਪੋਜੀਸ਼ਨ ਹੀ ਵਾਸ ਰਿਜ਼ਰਵਿੰਗ ਲੀਡਰ ਆਫ ਆਪੋਜੀਸ਼ਨ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਉਸ ਲਈ ਤਾਂ ਇਹਨਾਂ ਨੇ ਉਹ ਜੱਤੀ ਦੀ ਰਾਜਨੀਤੀ ਖੇਡ ਲਈ ਪੀ ਚਲੋ ਜੀ ਦਲਿਤ ਖੁਸ਼ ਹੋ ਜਾਣਗੇ ਵੀ ਸਾਡਾ ਦਲਿਤ ਭਰਾ ਸਾਡਾ ਲੀਡਰ ਆਫ oppositon ਪੰਜਾਬ ਦਾ ਉਹ ਵੋਟਾਂ ਲੈਣ ਵਾਸਤੇ ਬਣਾਤਾ ਤੇ ਜੇ ਮੈਂ ਜੇ ਯੋਗਤਾ ਦੇ ਆਧਾਰ ਤੇ ਬਣਾਉਣਾ ਹੁੰਦਾ ਤਾਂ ਮੇਰੇ ਹਿਸਾਬ ਨਾਲ ਤਾਂ ਅਮਨ अरोड़ा ਜੀ ਨਹੀਂ ਚਲੋ ਠੀਕ ਹੈ ਅਸੀਂ ਇਹ ਵੀ ਮੰਨ ਲੈਂਦੇ ਆ ਕਿ ਅਮਨ अरोड़ा ਸਾਹਿਬ ਤੋਂ ਜ਼ਿਆਦਾ ਯੋਗ ਹਰਪਾਲ ਚੀਮਾ ਹੋਣਗੇ ਕਿਉਂਕਿ ਐਡਵੋਕੇਟ ਵੀ ਨਹੀਂ ਉਹ ਚਲੋ ਇਹ ਵੀ ਮੰਨ ਲੈਂਦੇ ਆ ਪਰ ਉਹ ਜੈ ਲੂਪੀ ਵਾਸਤੇ ਉਹ ਯੋਗ ਸੀਗੇ ਤਾਂ ਮੁੱਖ ਮੰਤਰੀ ਵਾਸਤੇ ਕਿਉਂ ਨਹੀਂ ਸੀਗੇ ਹੁਣ ਭਗਵੰਤ ਮਾਨ ਨੂੰ ਅੱਗੇ ਕਿਉਂ ਕੀਤਾ ਕਿ ਐਨੇ ਸਾਲ ਮਤਲਬ ਕਿ ਤੁਸੀਂ ਹਰਪਾਲ ਚੀਮਾ ਜੀ ਨੂੰ ਰਗੜੀਗੇ ਤੇ ਹੁਣ ਜਦ ਮੁੱਖ ਮੰਤਰੀ ਦਾ ਟਾਈਮ ਆਇਆ ਤਾਂ ਤੁਸੀਂ ਇਹਨਾਂ ਨੂੰ ਭੁੱਲੀ ਗਏ ਬਿਲਕੁਲ ਦੇਖੋ ਜੀ ਭਗਵੰਤ ਮਾਨ ਜੀ ਨੇ ਸ਼ਰੇਆਮ ਧਮਕੀ ਦਿੱਤੀ ਪਰ ਜਦ ਸਿੱਧੂ ਸਾਹਿਬ ਨੇ ਬੋਲ ਕੇ ਦਿੱਤੀ ਸੀ ਵੀ ਮੈਂ ਇੰਟਰਨੈਟ ਖੜਕਾ ਦੂੰਗਾ ਤੇ ਭਗਵੰਤ ਮਾਨ ਜੀ ਨੇ ਥੋੜੇ ਸਹਿਜ ਜਿਹੇ ਤਰੀਕੇ ਨਾਲ ਦੱਸਿਆ ਮੈਂ ਵੀ ਇੰਟਰਨੈਟ 'ਤੇ ਕੜਗਾ ਸਕਦਾ ਆ ਆਮ ਆਦੀ ਪਾਰਟੀ ਦੀ ਤੁਸੀਂ ਦੇਖੋ ਵੀ ਜਦੋਂ 2019 ਚੋਣ ਹੋਈਆਂ ਚੋਣਾਂ ਹੋਈਆਂ ਆਮ ਆਦੀ ਪਾਰਟੀ ਦੇ ਬਹੁਤ ਬੁਰੇ ਹਾਲ ਹੋਏ ਆ ਤਕਰੀਬਨ ਸਾਰਿਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਲੋਕ ਸਭਾ ਇਲੈਕਸ਼ਨਾਂ 'ਚ ਖਾਲੀ ਭਗਵੰਤ ਮਾਨ ਅਰਗਾ ਸ਼ੇਰ ਡਟਿਆ ਰਿਹਾ ਸੰਗਰੂਰ ਦੇ ਹਲਕੇ ਤੋਂ ਜਿੱਤਿਆ ਔਰ ਬਹੁਤ ਵੱਡੇ ਮਾਰਜਿਨ ਨਾਲ ਜਿੱਤਿਆ ਦੈਟ ਮੀਨਸ ਉਹ ਇੱਕ ਕ੍ਰਿਸਮੈਟਿਕ ਲੀਡਰ ਆ ਉਹਦਾ ਇੱਕ ਮਾਸ ਬੇਸ ਆ ਉਹਨੂੰ ਨਰਾਜ਼ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਦਾਂ ਸੱਤਾ ਦਾ ਖਾਬ ਦੇ ਸਕਦੀ ਹੈ ਦੇਖ ਹੀ ਨਹੀਂ ਸਕਦੀ ਹੈਗੀ ਇਹਨਾਂ ਨੇ ਉਹਨੂੰ ਡਰਦੇ ਹੋਏ ਵੀ ਕਿਤੇ ਬਗਾਵਤ ਨਾ ਕਰ ਦੇਣ ਇਹਨਾਂ ਨੇ ਮਰਦੀ ਨਾਲ ਚੁਬੇ ਵਾਲਾ ਕੰਮ ਕੀਤਾ ਹੈ ਇਹ ਅੱਜ ਦੇ ਕੇਜਰੀਵਾਲ ਜੀ ਨੂੰ ਪੁੱਛੋ ਜਾ ਕੇ ਤਾਂ ਉਹ ਰੋਣ ਪੈਣਗੇ ਪਾਣਗੇ ਮੈਨੂੰ ਕਿਸ ਹਾਲਤਾਂ ਵਿੱਚ ਭਗਵੰਤਪານ ਦਾ ਨਾਮ ਲੈਣਾ ਪਿਆ ਉਹ ਲੈਣਾ ਨਹੀਂ ਚਾਹੁੰਦੇ ਨਹੀਂ ਰੋ ਤਾਂ ਵਿਚਾਰੇ ਭਗਵੰਤਪານ ਵੀ ਪੇਸੇ ਕਿ ਕਹਿੰਦੇ ਹਾੜੇ ਤਾਂ ਉਹਨਾਂ ਨੇ ਵੀ ਬੜੇ ਕੱਢੇ ਆ ਦੇਖੋ ਜੀ ਸੱਤਾ ਦੀ ਜਿਹੜੀ ਆ ਜਿਹੜੇ ਜਿਹੜਾ ਸੱਤਾ ਦੀ ਬਰਫੀ ਆ ਨਾ ਹਰ ਬੰਦਾ ਖਾਣੀ ਚਾਹੁੰਦਾ ਆ ਠੀਕ ਹੈ ਨਾ ਜੀ ਬਹੁਤ ਮਿੱਠੀ ਹੁੰਦੀ ਹੈ ਬੜੀ ਸੁਆਦਲੀ ਹੁੰਦੀ ਹੈ ਬਹੁਤ ਮ제 ਦਿੰਦੀ ਹੈ ਇਸ ਕਰਕੇ ਹਰ ਬੰਦਾ ਉਹ ਮ제 ਨਿੱਗ ਲੈਣਾ ਚਾਹੁੰਦਾ ਹੈ ਉਹ ਮੜਾਈਆਂ ਖਾਣੀਆਂ ਚਾਹੁੰਦਾ ਹੈ ਸੋ ਭਗਵੰਤ ਮਾਨਜੀ ਦਾ ਵੀ ਪੂਰਾ ਹੱਕ ਹੈ ਉਹ ਮੜਾਈ ਖਾਣਾ ਜੇ ਸੋਚਦੇ ਮੈਂ ਖਾਣੀ ਹੈ ਉਹ ਰਿਸਮੈਟਿਕ ਲੀਡਰ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਨਿੱਗ ਸاسي ਪਾਰਟੀ ਦੇ ਮਤਲਬ ਮੈਂ ਇਹ ਕਹਿ ਰਿਹਾ ਸੀ ਕਿ ਵੀ ਮੌਕੇ ਦੇ ਹਿਸਾਬ ਨਾਲ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਸੋਚ ਇਹਨਾਂ ਦੇ ਬਿਆਨ ਕਿਵੇਂ ਬਦਲ ਜਾਂਦੇ ਨੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਦੋ ਜੀ ਸਾਹਿਬ ਮੇਰਾ ਆਖਰੀ ਸਵਾਲ ਕਹਿੰਦੇ ਹੁਣ ਸੀਐਮ ਚਹਿਰਾ ਜਿਹੜਾ ਕਾਂਗਰਸ ਹੈ ਉਹ ਅਨਾਉਂਸ ਕਰ ਦੇਗੀ ਜੋ ਹੁਣ ਚਰਚਾ ਚੱਲ ਰਹੀ ਹੈ ਅਭੀ 6 ਤਰੀਕ ਨੂੰ ਅਨਾਉਂਸ ਹੋ ਜਾਣਾ ਹੈ ਦੋងਕੀ ਕਾਂਗਰਸ ਪਹਿਲਾਂ ਹੀ ਨੌ ਜਗ੍ਹਾ ਤੋਂ ਸਿੱਧੇ ਤੌਰ ਤੇ ਬਗਾਵਤ ਨਜ਼ਰ ਆ ਰਹੀ ਹੈ ਨੌ ਹਲਕਿਆਂ ਦੇ ਵਿੱਚ ਤੇ ਫਾਇਦਾ ਹੋਣਾ ਹੈ ਸੀਐਮ ਚਾਹ ਰਿਹਾ ਅਨਾਉਂਸ ਕਰਨ ਦਾ ਜਾਂ ਕਾਂਗਰਸ ਨੂੰ ਨੁਕਸਾਨ ਹੋਣਾ ਹੈ ਦੇਖੋ ਜੀ ਵੈਸੇ ਤਾਂ ਫਾਇਦਾ ਹੁੰਦਾ ਹੀ ਹਮੇਸ਼ਾ ਹੀ ਜੇ ਉਹਦੇ ਚ ਕੋਈ ਕਟੂ ਕੋਲੀਸ਼ ਨਾ ਹੋਵੇ ਜੇ ਪਤਾ ਹੈ ਜਦੋਂ ਕੈਪਟਨ ਸਾਹਿਬ ਸੀਗੇ ਫਰਵਰੀ ਤੱਕ ਫਰਵਰੀ ਚ ਅਸੀਂ ਇੱਕ ਸਰਵੇ ਕੀਤਾ ਸੀਗਾ ਉਹਦੇ ਮੁਤਾਬਕ ਕਾਂਗਰਸ ਨੂੰ 70 ਸੀਟਾਂ ਆ ਰਹੀਆਂ ਸੀ ਉਸ ਵਲੇ ਐਸ ਕੈਪਟਨ ਸਾਹਿਬ ਫਰਵਰੀ ਫਰਵਰੀ 2021 2021 ਜੀ ਜੀ 2021 ਉਹ ਉਹ ਕੈਪਟਨ ਸਾਹਿਬ ਲੀਡਰ ਸੀਗੇ ਇਹਨਾਂ ਦੇ ਪਾਰਟੀ ਦੇ ਲੀਡਰ ਸੀਗੇ ਸੂਬੇ ਦੇ ਲੀਡਰ ਸੀਗੇ ਮੁੱਖ ਮੰਤਰੀ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਇਦਾਂ ਆ ਹਾਲ ਸੀ ਕਾਂਗਰਸ ਦਾ ਪਰੰਤੂ ਕੁਝ ਕਾਰਨਾ ਕਰਕੇ ਜਾਂ ਇਹਨਾਂ ਦੀ ਹਾਈ ਕਮਾਂਡ ਨਾਲ ਕੁਝ ਲੈਣਾ ਦੇਣਾ ਹੋਇਆ ਜਾਂ ਐਮਐਲਏ ਦਾ ਕੋਈ ਲੈਣਾ ਦੇਣਾ ਹੋਇਆ ਸਾਨੂੰ ਨਹੀਂ ਪਤਾ ਗॉड knows ਕਿ ਉਹਨਾਂ ਨੇ ਕੈਪਟਨ ਸਾਹਿਬ ਨੂੰ ਹਟਾਉਣ ਦਾ ਮਨ ਬਣਾ ਲਿਆ ਸੀ ਹਾਈ ਕਮਾਂਡ ਵੀ ਹਟਾਉਣਾ ਹੈ ਅਸੀਂ ਤੇ ਬਾਕੀ ਸਭ ਬਹਾਨੇ ਆ ਤੇ ਇਸ ਕਰਕੇ ਉਹਨਾਂ ਨੇ ਹਟਾ ਦਿੱਤਾ ਤੇ ਹੁਣ ਉਸ ਵੇਲੇ ਉਸ ਹਟਾਉਣ ਦੀ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਆਪ ਹੀ ਹਾਈ ਕਮਾਂਡ ਨੇ ਤਿੰਨ ਚਾਰ ਪਾਵਰ ਸੈਂਟਰ ਬਣਾ ਲਿਆ ਆਪਣੇ ਆਪ ਹੀ ਇਹਨਾਂ ਨੇ ਸਿੱਧੂ ਸਾਹਿਬ ਨੂੰ ਖੁੱਲੀ ਛੁੱਟੀ ਦਿੱਤੀ ਜਦੋਂ ਪੀਸੀਸੀ ਦੇ ਪ੍ਰਧਾਨ ਸਿਗੇ ਫਿਰ ਜੋ ਮਰਜ਼ੀ ਬੋਲੋ ਆਪਣੇ ਆਪ ਹੀ ਇਹਨਾਂ ਨੇ ਜਿਹੜੇ ਜਖੜ ਸਾਹਿਬ ਆ ਉਹਨਾਂ ਨੂੰ ਪੀਸੀਸੀ ਦੇ ਪ੍ਰਧਾਨ ਬਣਾ ਕੇ ਇੱਕ ਇੱਕ ਅਲੱਗ ਪਾਵਰ ਸੈਂਟਰ ਖੜਾ ਕੀਤਾ ਉਹਨਾਂ ਨੂੰ ਕਿ ਨੇਤਾ ਬਣਾਇਆ ਉਸ ਯੋਗ ਬਣਾਇਆ ਆਪਣੇ ਆਪ ਹੀ ਇਹਨਾਂ ਨੇ ਸੁਖੀ ਰੰਦਾਵਾ ਜੀ ਨੂੰ ਕਹਿਤਾ ਤੁਸੀਂ ਤਿਆਰੀਆਂ ਕਰੋ ਸੌ ਚੁੱਕ ਸਮਾਰੋਹ ਦੀਆਂ ਉਹਨਾਂ ਨੇ ਲੱਡੂ ਵੀ ਵੰਡ ਦਿੱਤੇ ਇੱਕ ਉਹ ਪਾਵਰ ਸੈਂਟਰ ਖੜਾ ਕਰ ਦਤਾ ਇਹਨਾਂ ਨੇ ਆਪਣੇ ਆਪ ਹੀ ਕਾਂਗਰਸ ਨੇ ਪੰਜ ਵਰਕਿੰਗ ਚਾਰ ਵਰਕਿੰਗ ਪ੍ਰਧਾਨ ਤੇ ਇੱਕ ਦੂਜਾ ਪੱਕਾ ਪ੍ਰਧਾਨ ਬਣਾਇਆ ਪੰਜਾਬ ਦਾ ਉਹ ਵੀ ਪਾਵਰ ਸੈਂਟਰ ਖੜੇ ਕਰ ਦੋਤੇ ਉਹ ਬਰਾਬਰ ਦੇ ਲੀਡਰ ਹੋਣ ਆਪਣੇ ਘੱਟ ਆਪਣ ਮੰਨਦੇ ਨਹੀਂ ਕਿਸੇ ਨੂੰ ਵੀ ਉਹ ਚਾਹੇ ਗਲਜੀਆ ਜੀ ਹੋਣ ਚਾਹੇ ਨਾਗਰਾ ਜੀ ਹੋਣ ਕੋਈ ਵੀ ਜਿਹੜੇ ਚਾਰ ਚਾਰ ਨੇ ਬਣਾਏ ਸੀਗੇ ਉਹ ਆਪਾਂ ਉਹਨੂੰ ਘੱਟ ਤੋਂ ਘੱਟ ਸਮਝਦੇ ਕਿਸੇ ਨੂੰ ਆਪਣੇ ਆਪ ਹੀ ਇਹਨਾਂ ਨੇ ਆਊਟ ਆਫ ਸਡਨ ਆਊਟ ਆਫ ਫਰਮ ਆਊਟ ਆਫ ਨੋਵੇਅਰ ਇਹਨਾਂ ਨੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਿਨ੍ਹਾਂ ਨੂੰ ਕਹਿੰਦੇ ਵੀ ਅਕੋਰਡਿੰਗ ਟੂ ਜਾਖੜ ਸਾਹਿਬ ਦੀ ਸਟੇਟਮੈਂਟ ਦੇ ਮੁਤਾਬਕ ਦੋ ਬੰਦੇ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਨਾ 6-7 ਬੰਦਿਆਂ ਵਿੱਚੋਂ ਇਹ ਤਾਂ ਡਾਰ ਐ ਇਹਨਾਂ ਕੋ ਡਾਰ ਮੁੱਖ ਮੰਤਰੀਆਂ ਦੀ ਮੁੱਖ ਮੰਤਰੀਆਂ ਚਿਹਰਾ ਨਹੀਂ ਅਨਾਉਂਸ ਕਰਨਾ ਇਹਨਾਂ ਨੇ ਡਾਰ ਐ ਇਹਨਾਂ ਕੋਲ ਤੁਰੀ ਫਿਰਦੀ ਜਿਹੜੇ ਸਾਰੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਪਹਿਲਾਂ ਪੰਜ ਪ੍ਰਧਾਨ ਸੀ ਛੋਟੇ ਜਿਹੇ ਸੂਬੇ ਦੇ ਤੇ ਹੁਣ ਪੰਜ ਮੁੱਖ ਮੰਤਰੀ ਹੋਣਗੇ ਛੋਟੇ ਜਿਹੇ ਸੂਬੇ ਦੇ ਕਿੱਦਾਂ ਕਰਨਗੇ ਮੈਨੇਜ ਜਿਹਦਾ ਵੀ ਨਾਮ ਅਨਾਉਂਸ ਕੀਤਾ ਇਹਨਾਂ ਨੇ ਤੇ ਦੂਜਿਆਂ ਨੇ ਉਸੇ ਬਿਲਲੇ ਤੁਸੀਂ ਦੇਖੋ ਕੀ ਹਾਲਾਤ ਤੁਹਾਡੇ ਸਾਹਮਣੇ ਤੁਸੀਂ ਦੇਖਣਾ ਸਾਰੇ ਪੰਜਾਬੀਆਂ ਨੇ ਦੇਖਣਾ ਕੀ ਹਾਲ ਕਰਦੇ ਇੱਕ ਦੂਜੇ ਉਹ ਹੁਣੇ ਨਹੀਂ ਮਾਨ ਹੈਗੇ ਹਲੇ ਅਨਾਉਂਸ ਕੀਤਾ ਨਹੀਂ ਆ ਉਹ ਹੁਣੇ ਇੱਕ ਦੂਜੇ ਨੂੰ ਪਤਾ ਨਹੀਂ ਕੀ ਕੁਝ ਕਹਿੰਦੇ ਆ ਤੇ ਬਾਅਦ ਚ ਕੀ ਕਰਨਗੇ ਤੇ ਲੋਕੀ ਦੇਖਦੇ ਆ ਤੇ ਲੋਕੀ ਫਿਰ ਆਪਣੀ ਰਿਪਲਾਈ ਜਿਹੜੇ ਬਟਨ ਦਬਬ ਦਬ ਕੇ ਕਰਨਗੇ ਫਿਰ ਜਦੋਂ ਨੂੰ ਚੋਣਾਂ ਦਾ ਸਮਾਂ ਆਉਣਾ ਜਦੋਂ 20 ਫਰਵਰੀ ਨੂੰ ਮਤਲਬ ਨੁਕਸਾਨ ਹੋ ਸਕਦਾ ਹੈ ਬਿਲਕੁਲ ਨੁਕਸਾਨ ਹੋ ਸਕਦਾ ਹੈ ਇਹਦਾ ਫਾਇਦਾ ਸਿੱਧਾ ਫਾਇਦਾ ਆ ਤੇ ਪਰ ਮੈਂ ਕੋ ਹੋਰ ਗੱਲਾਂ ਐਡ ਕਰਨੀ ਚਾਹਣਾ ਜਿਹੜੀ ਸਾਰੇ ਇਹਨੂੰ ਮਹਿਸੂਸ ਨਹੀਂ ਕਰ ਰਹੇ ਪਿਛਲੇ ਤੁਸੀਂ ਦੇਖਿਆ ਹੋਣਾ ਜਦੋਂ ਦਾ ਭੁੱਲਰ ਜਿਹੜਾ ਜਿਨ੍ਹਾਂ ਦਾ ਡੀਜੀ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਆ ਜੋ ਉਹ ਉਹ ਮੁੱਦਾ ਸਾਹਮਣੇ ਆ ਰਿਹਾ ਹੈ बार-बार ਉਹਦੇ ਨਾਲ ਪਿੰਡਾਂ ਵਿੱਚ ਮੈਨੂੰ ਲੱਗਦਾ ਵੀ ਥੋੜਾ ਨੁਕਸਾਨ ਹੋ ਸਕਦਾ ਆ ਆਮ ਆਦਮੀ ਪਾਰਟੀ ਨੂੰ ਤੇ ਨੰਬਰ 1 ਨੰਬਰ 2 ਜਿੱਦਾਂ ਜਿਸ ਤਰੀਕੇ ਨਾਲ ਆਪਣੀ ਇਹਨਾਂ ਨੇ ਆਪਣੀ ਚਲਾਈ ਹੋਈ ਆ ਚੋਣ ਮਹਮ ਚਲਾਈ ਹੋਈ ਆ ਸ਼ਰਮਣੀ ਕਾਲੀਦਨ ਨੇ ਸੁਪੀਰ ਸਿੰਘ ਬਾਦਲ ਹੋਣਾ ਨੇ ਇਹ ਥੋੜਾ 1 2% ਗੇਨ ਕਰ ਰਹੇ ਆ ਇਹ ਸੁਮਾ ਆਪਣੇ ਵੋਟਰਾਂ ਦੇ ਵਿੱਚ ਜੀ ਸਾਰਿਆਂ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਅ ਦਵਾਬਿਆ ਜੀ ਨੇ ਇੱਕ ਗੱਲ ਬਿਲਕੁਲ ਠੀਕ ਹੈ ਇਹ ਵੀ ਜਿਹੜਾ ਨੁਕਸਾਨ ਕੋਈ ਕਾਟੋ ਕਲੇਸ਼ ਕੋਈ ਇੱਕ ਅੱਧਾ ਹੋਵੇ ਕਾਂਗਰਸ ਦੇ ਵਿੱਚ ਤਾਂ ਵੀ ਹੈ ਨੌ ਹਲਕਿਆਂ ਸਿੱਧੇ ਤੌਰ ਤੇ ਬਗਾਵਤ ਹੈ ਉਸ ਤੋਂ ਇਲਾਵਾ ਵੀ ਜੋ ਕੁਝ ਹਾਲ ਕਾਂਗਰਸ ਦੇ ਵਿੱਚ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ ਤੇ ਖਾਸ ਕਰਕੇ ਹੁਣ ਸੁਨੀਲ ਜਾਖੜ ਜੀ ਦੇ ਬਿਆਨ ਤੋਂ ਬਾਅਦ ਵਿਰੋਧੀਆਂ ਤੇ ਵੀ ਨਿਸ਼ਾਨੇ ਤੇ ਇਸ ਵੇਲੇ ਕਾਂਗਰਸ ਆਈ ਹੈ ਕਾਂਗਰਸ ਹਾਈ ਕਮਾਂਡ ਖਾਸ ਕਰਕੇ ਕਿਉਂਕਿ ਜੇ ਕਾਬਲੀਅਤ ਤੇ ਦਮ ਤੇ ਡਾਕਟਰ ਮਨਮੋਹਨ ਸਿੰਘ ਦੇ ਇਸ ਪ੍ਰਧਾਨ ਮੰਤਰੀ ਬਣ ਸਕਦੇ ਨੇ ਤਾਂ ਸੁਨੀਲ ਜਾਖੜ ਵਰਗਾ ਇੱਕ ਸੂਝਵਾਨ ਲੀਡਰ ਬੇਸ਼ੱਕ ਉਹ ਹਿੰਦੂ ਹੈ ਪਰ ਆਪਣੀ ਕਾਬਲੀਅਤ ਦੇ ਦਮ ਤੇ ਉਹ ਇੱਕ ਸੂਬੇ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਕਾਂਗਰਸ ਦੀ ਸੋਚ ਤੇ ਕਾਂਗਰਸ ਦੀ ਪਾਲਿਸੀ ਦੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਹੋਏ ਨਹੀਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਲੋਕ ਇਸ ਮੁੱਦੇ ਨੂੰ ਇਸ ਸਿਆਸੀ ਮੁੱਦੇ ਨੂੰ ਖਾਸ ਕਰਕੇ ਕਿਸ ਤਰੀਕੇ ਦੇ ਨਾਲ ਲੈਣਗੇ ਤੇ ਕਾਂਗਰਸ ਨੂੰ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਚੰਡੀਗੜ੍ਹ